ਪਹਿਲੀ ਮੰਗਰ ਤੇ ਰਮੀ ਰੰਧਾਵਾ ਦੇ ਵਿਵਾਦ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਐਲੀ ਮੰਗਟ ਨੂੰ ਨਸੀਹਤ ਦਿੰਦੇ ਦਿਖਾਈ ਦੇ ਰਹੇ ਨੇ। ਸਟੇਜ ਪ੍ਰੋਗਰਾਮ ਵੇਲੇ ਬੱਬੂ ਮਾਨ ਨੇ ਐਲੀ ਮੰਗਟ ਨੂੰ ਕਿਹਾ ਕਿ ਉਹ ਲੋਕਾਂ ਨਾਲ ਵਾਅਦਾ ਕਰੇ ਕਿ ਉਹ ਕਦੇ ਵੀ ਕਿਸੇ ਨਾਲ ਹਿੰਸਕ ਲੜਾਈਆਂ ਨਹੀਂ ਲੜੇਗਾ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਪਹਿਲਾਂ ਤਾਂ ਅਸੀਂ ਘੱਟ ਮਿਲੇ ਹੈ, ਪਰ ਜਦੋਂ ਤੋਂ ਮਿਲਿਆ ਇਹ ਨੇ ਮੇਰੇ ਨਾਲ ਵਾਅਦਾ ਕਰਿਆ ਕਿ ਕੂਚਾ ਨਹੀਂ ਬੋਲੂ ਕਿਸੇ ਨੂੰ, ਨਾ ਕਿਸੇ ਨੂੰ ਮਾੜਾ ਬੋਲੂ, ਚੰਗਾ ਗਾਊਗਾ ਤੇ ਤੁਹਾਡੀ ਸੇਵਾ ਕਰੂਗਾ, ਪੰਜਾਬ ਲਈ ਗਾਊਗਾ। ਇੱਕ ਤਾੜੀ ਐਲੀ ਦੇ ਨਾਲ ਇਹਦੀ ਸਾਰਿਆਂ ਕਲਾਕਾਰਾਂ ਨਾਲ ਸਾਂਝ ਹੈ ਤੇ ਮੈਨੂੰ ਉਮੀਦ ਹੈ ਸਾਰਿਆਂ ਨੂੰ ਇਕੱਠੇ ਬਿਠਾ ਕੇ ਇੱਕ ਦਿਨ ਤੁਹਾਡੇ ਨਾਲ ਸਾਂਝ ਪਾਓ ਤੇ ਲਾਈਵ ਹੋ ਕੇ ਸੈਲਫੀ ਪਾਓ। ਸਾਰੇ ਕਲਾਕਾਰ ਤੁਹਾਡੇ ਹੈ, ਤੁਹਾਡੇ ਲਈ ਗਾਉਂਦੇ ਆ ਤੇ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਸਾਰਾ ਕੰਮ ਸੈੱਟ ਕਰੂਗਾ। ਹਾਂ ਬਈ, ਕਰ ਵਾਦਾ। ਦੱਸ ਦਈਏ ਕਿ ਪੰਜਾਬੀ ਸਿੰਗਰਸ ਵਿਚਾਲੇ ਵਿਵਾਦ ਕਾਫੀ ਭਖਿਆ। ਅੱਜ ਵੀ ਬਠਿੰਡਾ ਥਾਣੇ 'ਚ ਸਿੱਪੀ ਗਿੱਲ ਖਿਲਾਫ ਪਰਚਾ ਦਰਜ ਹੋ ਚੁੱਕਿਆ, ਜੋ ਪੰਡਿਤ ਰਾਓ ਤਰੇਨਵਰ ਵੱਲੋਂ ਕਰਵਾਇਆ ਗਿਆ। ਬਿਊਰੋ ਰਿਪੋਰਟ, ਪੰਜਾਬੀ ਟੀਵੀ।